ਗਜਰੇ ਦੇ ਪਿੰਡ ਫੂਲੇਵਾਲਾ ਵਿੱਚ ਅਲੋਪ ਹੋ ਰਹੀਆਂ ਤੀਆਂ ਨੂੰ ਆਪਣੇ ਪੁਰਾਤਨ ਸੱਭਿਆਚਾਰ ਰੀਤੀ ਰਿਵਾਜ਼ਾਂ ਨੂੰ ਮੁੜ ਤੋਂ ਸੁਰਜੀਤ ਕਰਨ ਦਾ ਉਪਰਾਲਾ ਬੜੇ ਜ਼ੋਰਾਂ ਸ਼ੋਰਾਂ ਨਾਲ ਕੀਤਾ ਜਾ ਰਿਹਾ ਹੈ। ਪਿੰਡ ਦੇ ਉੱਦਮੀ ਨੌਜਵਾਨਾਂ ਲਖਵੀਰ ਸਿੰਘ ਖੀਰਾ ਫੁੱਲੇਵਾਲੀਆ ਅਤੇ ਡਾਕਟਰ ਕੇਵਲ ਸਿੰਘ ਖੋਟੇ ਸਮੂਹ ਗ੍ਰਾਮ ਪੰਚਾਇਤ ਅਤੇ ਨਗਰ ਦੀਆਂ ਔਰਤਾਂ ਦੇ ਉਪਰਾਲੇ ਸਦਕਾ ਤੀਆਂ ਦਾ ਤਿਉਹਾਰ ਮਨਾਇਆ ਗਿਆ ਹੈ। ਇਸ ਸਮੇਂ ਤੀਆਂ ਵਿੱਚ ਵਿਸ਼ੇਸ਼ ਤੌਰ 'ਤੇ ਪਹੁੰਚੇ ਬੀਬੀ ਅਮਰਜੀਤ ਕੌਰ ਬਰਾੜ, ਸਰਪੰਚ ਖੋਟੇ, ਧਰਮਪਤਨੀ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਜਿੱਥੇ ਰਸਮੀ ਉਦਘਾਟਨ ਕੀਤਾ ਉੱਥੇ ਉਹਨਾਂ ਨੂੰ ਫੁਲਕਾਰੀ ਵੀ ਭੇਟ ਕੀਤੀ ਗਈ ਅਤੇ ਉਹਨਾਂ ਨੇ ਕਿਹਾ ਕਿ ਡੀਜੇ ਅਤੇ ਹੋਰ ਪੱਛਮੀ ਸੱਭਿਅਤਾ ਨੇ ਸਾਡੇ ਪੰਜਾਬੀ ਸੱਭਿਆਚਾਰ ਅਤੇ ਵਿਰਾਸਤੀ ਤਿਉਹਾਰਾਂ ਨੂੰ ਖਤਮ ਕਰਨ ਦੇ ਕਿਨਾਰੇ ਲਿਆ ਖੜਾ ਕੀਤਾ। ਉਹਨਾਂ ਕਿਹਾ ਕਿ ਅੱਜ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਅਸੀਂ ਆਪਣੇ ਵਿਰਾਸਤੀ ਤਿਉਹਾਰ ਤੀਆਂ ਦੇ ਪ੍ਰੋਗਰਾਮ ਜ਼ਰੀਏ ਆਪਣੇ ਹਲਕੇ ਦੀਆਂ ਔਰਤਾਂ ਬੱਚੀਆਂ ਨੂੰ ਮਿਲ ਸਕੇ ਹਾਂ। ਇਸ ਸਮੇਂ ਤੀਆਂ ਵਿੱਚ ਗਿੱਧਾ ਪਾਉਣ ਆਈਆਂ ਅਮਨਦੀਪ ਕੌਰ, ਨਵਨੀਤ ਕੌਰ ਅਤੇ ਡਿੰਪਲ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅਲੋਪ ਹੁੰਦੇ ਜਾ ਰਹੇ ਤੀਆਂ ਦੇ ਵਿਰਾਸਤੀ ਤਿਉਹਾਰ ਨੂੰ ਮੁੜ ਤੋਂ ਸੁਰਜੀਤ ਕਰਨ ਲਈ ਪਿੰਡ ਦੇ ਸਾਰੇ ਵਰਗਾਂ ਨੇ ਰਲ ਮਿਲ ਕੇ ਹੰਬਲਾ ਮਾਰਿਆ। ਉਹਨਾਂ ਕਿਹਾ ਕਿ ਅਸੀਂ ਡੀਜੇ ਨਹੀਂ ਲਾਏ, ਸਾਡੇ ਪਿੰਡ ਦੀਆਂ ਔਰਤਾਂ ਨੇ ਆਪ ਪੁਰਾਣੀਆਂ ਬੋਲੀਆਂ ਟੱਪੇ ਸਿੱਠਣੀਆਂ ਗਾ ਕੇ ਤੀਆਂ ਮਨਾਈਆਂ ਨੇ। ਉਹਨਾਂ ਕਿਹਾ ਕਿ ਅਗਲੇ ਸਾਲ ਪ੍ਰਬੰਧਕ ਵੱਲੋਂ ਪਿੰਡ ਦੀਆਂ ਜੋ ਕੁੜੀਆਂ ਵਿਆਹੀਆਂ ਗਈਆਂ ਨੇ ਉਹਨਾਂ ਨੂੰ ਸੱਦਾ ਪੱਤਰ ਦੇ ਕੇ ਤੀਆਂ ਵਿੱਚ ਬੁਲਾਇਆ ਜਾਵੇਗਾ ਅਤੇ ਮਹਿੰਦੀ ਪੇਂਟਿੰਗ ਆਦਿ ਮੁਕਾਬਲੇ ਵੀ ਕਰਵਾਏ ਜਾਣਗੇ। ਉਹਨਾਂ ਹੋਰਨਾਂ ਪਿੰਡਾਂ ਦੇ ਉੱਦਮੀ ਵੀਰਾਂ ਨੂੰ ਬੇਨਤੀ ਕੀਤੀ ਕਿ ਆਪਾਂ ਆਪਣੇ ਪਿੰਡਾਂ ਵਿੱਚ ਤੀਆਂ ਜ਼ਰੂਰ ਲਵੋ ਤਾਂ ਜੋ ਲੜਕੀਆਂ ਕੁਝ ਦਿਨ ਹੱਸ ਖੇਡ ਕੇ ਆਪਣੇ ਚਾਅ ਪੂਰੇ ਕਰ ਸਕਣ। ਅੰਤ ਵਿੱਚ ਪ੍ਰਬੰਧਕ ਵੱਲੋਂ ਬੀਬੀ ਬਰਾੜ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਤੀਆਂ ਵਿੱਚ ਪਹੁੰਚੀਆਂ ਔਰਤਾਂ ਅਤੇ ਬੱਚਿਆਂ ਲਈ ਬ੍ਰੈਡ ਪਕੌੜਿਆਂ ਦਾ ਲੰਗਰ ਵੀ ਵਰਤਾਇਆ ਗਿਆ। ਇਸ ਸਮੇਂ ਸਮੂਹ ਪ੍ਰਬੰਧਕਾਂ ਨੇ ਪੰਜਾਬ ਦੇ ਸਾਰੇ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਅਤੇ ਉੱਦਮੀ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਨੂੰ ਅਜਿਹੇ ਪ੍ਰੋਗਰਾਮ ਕਰਵਾਉਣੇ ਚਾਹੀਦੇ ਨੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਿਰਾਸਤੀ ਤਿਉਹਾਰਾਂ ਨਾਲ ਜੋੜਿਆ ਜਾ ਸਕੇ। ਇਸ ਮੌਕੇ ਹਰਜੀਤ ਕੌਰ ਗਿੱਲ, ਸਰਪੰਚ ਹਰਦੇਵ ਕੌਰ, ਨਿਹਾਲ ਕੌਰ, ਸ਼ਿੰਦਰ ਕੌਰ, ਸੋਨਪ੍ਰੀਤ ਕੌਰ ਪੰਚ, ਨੀਤੂ ਫੁੱਲੇਵਾਲ, ਡਿੰਪਲ ਫੁੱਲੇਵਾਲ, ਕਿਰਨਜੀਤ ਕੌਰ, ਮਨਜੀਤ ਕੌਰ, ਲਖਵੀਰ ਸਿੰਘ ਖੀਰਾ, ਰੂਪ ਸਿੰਘ, ਅਮਰ ਸਿੰਘ ਸਾਬਕਾ ਸਰਪੰਚ, ਡਾਕਟਰ ਕੇਵਲ ਸਿੰਘ ਪ੍ਰਧਾਨ, ਗੁਰਦੀਪ ਸਿੰਘ ਪੰਚ, ਜੋਨੀ ਮਾਸਟਰ ਗੁਰਤੇਜ ਸਿੰਘ, ਮਾਸਟਰ ਸ਼ਿੰਦਰਪਾਲ ਫੁੱਲੇਵਾਲਾ, ਜਗਦੇਵ ਸਿੰਘ, ਜੋਗਿੰਦਰ ਸਿੰਘ ਪੰਚ, ਰਾਜਾ ਸਿੰਘ, ਬਿੱਟੂ ਸਿੰਘ, ਨੇਤਰ ਸਿੰਘ, ਗੱਗੂ ਸਿੰਘ, ਗਿੱਲ ਸੋਨਾ ਆਦਿ ਹਾਜ਼ਰ ਸਨ। ਇਸ ਮੌਕੇ ਸਟੇਜ ਸਕੱਤਰ ਦੀ ਡਿਊਟੀ ਭੁਪਿੰਦਰ ਸਿੰਘ ਡੀਪੂ ਵਾਲੇ ਨੇ ਬਾਖੂਬੀ ਨਿਭਾਈ। ਹਾਂਜੀ, ਸਾਡੇ ਪਿੰਡ ਅੱਜ ਪਿਛਲੇ ਸਾਲਾਂ ਦੀ ਤਰ੍ਹਾਂ ਜਿਹੜੇ ਹੈਗੇ ਨੇ ਤੀਆਂ ਦੇ ਪ੍ਰੋਗਰਾਮ ਹੋਏ ਨੇ ਜਿਹਦੇ 'ਚ ਕਿ ਮਹਿੰਦੀ ਦੇ ਮੁਕਾਬਲੇ ਹੋਏ ਨੇ, ਬਟ ਅਸੀਂ ਅਗਲੇ ਜਿਹੜੇ ਟਾਈਮ ਕਰਵਾਵਾਂਗੇ ਉਹਦੇ ਵਿੱਚ ਅਸੀਂ ਸੋਚ ਰਹੇ ਹਾਂ ਕਿ ਡਰਾਇੰਗ ਕੰਪੀਟੀਸ਼ਨ ਕਰਵਾਈਏ, ਜਿੱਦਾਂ ਕਿ ਬੋਲੀਆਂ ਦੇ ਕੰਪੀਟੀਸ਼ਨ ਹੋ ਗਏ, ਟੱਪਿਆਂ ਦੇ ਕੰਪੀਟੀਸ਼ਨ ਹੁੰਦੇ ਆ ਜੋ ਪੁਰਾਣੇ ਬਜ਼ੁਰਗ ਪਹਿਲਾਂ ਕਰਦੇ ਸੀ। ਇਹਦੇ ਨਾਲ ਕੀ ਹੋਏਗਾ ਕਿ ਜਿਹੜੇ ਸਮਾਰਟਫੋਨ 'ਤੇ ਨੌਜਵਾਨ ਪੀੜ੍ਹੀ ਲੱਗ ਰਹੀ ਆ ਉਹਦੇ ਤੋਂ ਦੂਰ ਹੋ ਕੇ ਜੋ ਕਿ ਆਪਣੇ ਪੁਰਾਣਾ ਸੱਭਿਆਚਾਰ ਆ ਉਹਦੇ ਨਾਲ ਅਟੈਚ ਹੋਏਗੀ ਅਤੇ ਜੋ ਵੀ ਆਪਣੇ ਸਮਾਰਟਫੋਨ ਦੇ ਯਾਨੀ ਕਿ ਹੈਗੇ ਨੇ ਨੁਕਸਾਨ ਨੇ ਉਹਨਾਂ ਤੋਂ ਦੂਰ ਹੋ ਕੇ ਆਪਣੀ ਸਿਹਤ ਨਹੀਂ ਵੀ ਧਿਆਨ ਦੇਣਗੇ। ਅਤੇ ਹੋਰ ਸਾਡੇ ਪਿੰਡ ਇੱਥੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾਏ ਗਏ ਆ ਜੋ ਨੈਕਸਟ ਟਾਈਮ ਤੀਆਂ ਹੋਣਗੀਆਂ ਉਹਦੇ ਵਿੱਚ ਜੋ ਸਾਡੇ ਪਿੰਡ ਦੀਆਂ ਵਿਆਹੀਆਂ ਕੁੜੀਆਂ ਨੇ ਅਸੀਂ ਉਹਨਾਂ ਨੂੰ ਆਪਣੇ ਪਿੰਡ ਸੱਦਾ ਦੇਵਾਂਗੇ ਸਪੈਸ਼ਲ ਤੀਆਂ ਲਈ ਅਤੇ ਉਹਨਾਂ ਲਈ ਸਪੈਸ਼ਲ ਅਰੇਂਜਮੈਂਟ ਕਰਾਂਗੇ ਜਿੱਦਾਂ ਕਿ ਮਹਿੰਦੀ ਲਗਵਾਉਣੀ ਹੋ ਗਈ, ਚੂੜੀਆਂ ਵਗੈਰਾ ਚੜ੍ਹਾਉਂਦੇ ਆ ਉਹਨਾਂ ਦੇ ਲਈ ਕਰਾਂਗੇ ਅਸੀਂ ਸਾਰੇ ਪ੍ਰੋਗਰਾਮ। ਅਤੇ ਬਾਕੀ ਜੋ ਸਾਡੇ ਮੁੱਖ ਮਹਿਮਾਨ ਨੇ ਬੀਬੀ ਅਮਰਜੀਤ ਕੌਰ MLA, ਦਰਸ਼ਨ ਸਿੰਘ ਬਰਾੜ ਦੇ ਵਾਈਫ ਨੇ, ਉਹਨਾਂ ਦਾ ਸਹਿਯੋਗ ਸਾਡੀਆਂ ਤੀਆਂ ਦੇ ਵਿੱਚ ਪੂਰਾ ਰਿਹਾ ਵਾ ਕਿਉਂਕਿ ਜੇ ਉਹ ਨਾ ਹੁੰਦੇ ਤਾਂ ਸ਼ਾਇਦ ਸਾਡੀ ਕੋਈ ਸਪੋਰਟ 'ਚ ਨਹੀਂ ਹੋਣਾ ਸੀ। ਅਤੇ ਬਾਕੀ ਸਾਡੇ ਜੋ ਭਰਾ ਨੇ ਬਜ਼ੁਰਗ ਨੇ ਉਹਨਾਂ ਨੇ ਸਾਡਾ ਪੂਰਾ ਸਾਥ ਦਿੱਤਾ ਤੀਆਂ ਦੇ ਵਿੱਚ। ਜੇ ਇੱਦਾਂ ਹੀ ਸਾਰੇ ਪਿੰਡਾਂ ਦੇ ਵਿੱਚ ਭਰਾ ਆਪਣੀਆਂ ਭੈਣਾਂ ਦਾ ਸਾਥ ਦੇਣ ਤਾਂ ਆਈ ਥਿੰਕ ਸੋ ਜੋ ਅੱਜ ਕੱਲ੍ਹ ਕੁੜੀਆਂ ਨੂੰ ਮਾਰਨ ਦਾ ਟ੍ਰੈਂਡ ਚੱਲ ਰਿਹਾ ਉਹ ਘੱਟ ਜਾਏਗਾ ਬਹੁਤ ਹੱਦ ਤੱਕ। ਅੱਜ ਕੱਲ੍ਹ ਜੋ ਮੁੰਡੇ ਕੁੜੀਆਂ ਇੱਕ ਬਰਾਬਰ ਨੇ ਕੋਈ ਨਹੀਂ ਘੱਟ ਹੈਗਾ, ਕੁੜੀਆਂ ਅੱਜ ਕੱਲ੍ਹ ਮੁੰਡਿਆਂ ਤੋਂ ਜ਼ਿਆਦਾ ਅੱਗੇ ਜਾ ਰਹੀਆਂ। ਜੇਕਰ ਆਪਾਂ ਸਪੋਰਟ ਕਰੀਏ ਤਾਂ ਜੋ ਕਿ ਅੱਗੇ ਵੀ ਕੁੜੀਆਂ
ਕਦਮ ਹੋਰ ਉਠਾ ਸਕਦੀਆਂ ਵਧੀਆ ਵਧੀਆ, ਜਿਵੇਂ ਕਿ ਹੁਣ ਤੀਆਂ ਦੇ ਪ੍ਰੋਗਰਾਮ ਕਾਫੀ ਹੱਦ ਤੱਕ ਅੱਗੇ ਨਾਲੋਂ ਸੁਧਾਰ ਆ ਚੁੱਕਿਆ, ਪਹਿਲਾਂ ਬਿਲਕੁਲ ਵੀ ਘੱਟ ਗਈਆਂ ਸੀਗੀਆਂ ਅਤੇ ਹੁਣ ਬਹੁਤ ਜ਼ਿਆਦਾ ਪ੍ਰੋਗਰਾਮ ਹੋਣ ਲੱਗ ਗਏ ਨੇ ਤੀਆਂ ਦੇ। ਇਸੇ ਤਰ੍ਹਾਂ ਜੇ ਸਪੋਰਟ ਦਿੰਦੇ ਰਹਿਣ ਤਾਂ ਆਈ ਥਿੰਕ ਸੋ ਸਾਰੇ ਪਿੰਡਾਂ ਦੇ ਵਿੱਚ ਤੀਆਂ ਬਹੁਤ ਵਧੀਆ ਤਰ੍ਹਾਂ ਲੱਗ ਸਕਦੀਆਂ ਨੇ। ਮੇਰਾ ਨਾਮ ਡਿੰਪਲ ਕੌਰ ਹੈ, ਪਿੰਡ ਖੂਲੇ ਵਾਲਾ, ਤਹਿਸੀਲ ਬਾਘਾ ਪੁਰਾਣਾ, ਜ਼ਿਲ੍ਹਾ ਮੋਗਾ। ਅੱਜ ਸਾਡੇ ਇੱਥੇ ਤੀਆਂ ਦਾ ਤਿਉਹਾਰ ਮਨਾਇਆ ਗਿਆ ਹੈ, ਜਿਹੜਾ MLA ਸਾਹਿਬ ਉਹਨਾਂ ਦੀ ਵਾਈਫ ਬੀਬੀ ਅਮਰਜੀਤ ਜੀ ਦੇ ਕਹਿਣ 'ਤੇ ਸਾਡੇ ਵੀਰਾਂ ਭਰਾਵਾਂ ਨੇ ਸਾਡਾ ਬਹੁਤ ਹੀ ਸਹਿਯੋਗ ਦਿੱਤਾ। ਅਸੀਂ ਇਹ ਦੱਸਣਾ ਚਾਹੁੰਦੇ ਹਾਂ ਸਾਰਿਆਂ ਨੂੰ ਕਿ ਜਿਵੇਂ ਸਾਡੇ ਪਿੰਡ ਦੇ ਸਾਰੇ ਵੀਰ ਸਾਡਾ ਸਹਿਯੋਗ ਦਿੰਦੇ ਆ, ਭੈਣਾਂ ਨੂੰ ਇਹ ਦੇਣ ਲਈ ਪ੍ਰੇਰਿਤ ਕਰਦੇ ਆ, ਅੱਗੇ ਵੱਧ ਕੇ ਸਾਡਾ ਸਹਿਯੋਗ ਦੇ ਰਹੇ ਆ, ਤੀਆਂ ਮਨਾ ਰਹੇ ਆ। ਅਸੀਂ ਇਹ ਚਾਹੁੰਦੇ ਹਾਂ ਸਾਰੇ ਪਿੰਡਾਂ ਨੂੰ ਕਹਿਣਾ ਵੀ ਉਹ ਵੀ ਆਪਣਾ ਜਿਹੜਾ ਪੁਰਾਣਾ ਸੱਭਿਆਚਾਰ ਆ ਉਹਨੂੰ ਯਾਦ ਰੱਖਣ, ਅਤੇ DJ ਤੋਂ ਹਟ ਕੇ ਕੁਛ ਡਿਫਰੈਂਟ ਕੀਤਾ, ਬੋਲੀਆਂ ਪਾਈਆਂ, ਟੱਪੇ, ਪੁਰਾਣੀਆਂ ਬੁੜੀਆਂ ਆਈਆਂ, ਬੀਬੀਆਂ ਭੈਣਾਂ ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ, ਪਕਵਾਨ ਬਣਾਏ, ਇੱਥੇ ਕੰਪੀਟੀਸ਼ਨ ਵੀ ਕਰਾਏ ਮਹਿੰਦੀ 'ਤੇ। ਅਸੀਂ ਚਾਹੁੰਦੇ ਹਾਂ ਅੱਗੇ ਤੋਂ ਇੱਦੂ ਵੀ ਜ਼ਿਆਦਾ ਅਸੀਂ ਉੱਦਮ ਕਰੀਏ। ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ, ਬੇਟੀ ਬਚਾਓ, ਬੇਟੀ ਪੜ੍ਹਾਓ, ਕੁੜੀਆਂ ਕਿਸੇ ਨਾਲੋਂ ਘੱਟ ਨਹੀਂ, ਅੱਜ ਕੱਲ੍ਹ ਕੁੜੀਆਂ ਮੁੰਡਿਆਂ ਦੇ ਮੁਕਾਬਲੇ ਜ਼ਿਆਦਾ ਤਰੱਕੀ ਕਰ ਰਹੀਆਂ ਹੈ। ਇਹ ਸੋਚ ਬਦਲ ਲਓ ਕਿ ਆਹ ਮੁੰਡੇ ਨੇ ਕਰਨਾ, ਕੁੜੀ ਨੇ ਕਰਨਾ, ਕੁੜੀਆਂ ਵੀ ਕਿਸੇ ਨਾਲੋਂ ਘੱਟ ਨਹੀਂ, ਕੁੜੀਆਂ ਜ਼ਿਆਦਾ ਕਮਾ ਰਹੀਆਂ ਮੁੰਡਿਆਂ ਤੋਂ, ਅੱਜ ਜ਼ਿਆਦਾ ਤਰੱਕੀ ਦੇ ਰਹੀ ਕਰ ਰਹੀਆਂ ਮੁੰਡਿਆਂ ਤੋਂ, ਜੇ ਘਰ ਇਹ ਵੀ ਕੰਮ ਕਰਦੀਆਂ ਅਤੇ ਜੋਬ ਵੀ ਨਾਲ ਕਰਦੀਆਂ। ਪਰ ਇਹ ਸੋਚ ਆਪ ਸਾਡੇ ਪਿੰਡ ਦੇ ਜਾਂ ਸਾਰਿਆਂ ਲੋਕਾਂ ਦੀ ਵੀ ਨਹੀਂ, ਕੁੜੀ ਨੂੰ ਸਿਰਫ ਘਰੇ ਚੁੱਲ੍ਹਾ ਚੌਂਕਾ ਹੀ ਸੰਭਾਲਣ ਦਿੱਤਾ ਜਾਵੇ, ਉਹਨੂੰ ਅੱਗੇ ਵਧਣ ਨਾ ਦਿੱਤਾ ਜਾਵੇ, ਪਰ ਸਾਡੇ ਪਿੰਡ 'ਚ ਇਹ ਸੋਚ ਨਹੀਂ ਰੱਖਦੀ, ਸਾਡੀ ਫੈਮਿਲੀ ਇਹ ਸੋਚ ਨਹੀਂ ਰੱਖਦੀ। ਇਸ ਵਿੱਚ ਨਗਰ ਤੀਆਂ ਦੇ ਤਿਉਹਾਰ ਵਿੱਚ ਸਾਡੀ ਨਗਰ ਪੰਚਾਇਤ ਦੇ ਸਾਰਿਆਂ ਦੀ ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ। ਹਾਂਜੀ, ਬਹੁਤ ਆ ਸੋਚ, ਬਹੁਤ ਸੋਚ ਆ ਵੀ ਘਰ ਤੋਂ ਬਾਹਰ ਨਹੀਂ ਨਿਕਲਣਾ, ਇੱਥੇ ਖੜਨਾ ਨਹੀਂ, ਇੱਥੇ ਨਹੀਂ ਜਾਣਾ, ਇੱਦਾਂ ਦਾ ਕੁਛ ਨਹੀਂ ਹੁੰਦਾ ਗਾ, ਸਗੋਂ ਉਹਨਾਂ ਨੂੰ ਵੱਧ ਤੋਂ ਵੱਧ ਅੱਗੇ ਵਧਣ ਦੇਣਾ ਚਾਹੀਦਾ ਹੈ, ਇਹ ਸੋਚ ਛੱਡਣੀ ਚਾਹੀਦੀ ਆ ਸਾਨੂੰ। ਇਹ ਲੋਕਾਂ ਦੀ ਕਿਉਂ ਸੋਚ? ਕੁਝ ਤਾਂ ਮਾਹੌਲ ਇੱਦਾਂ ਦੇ ਆ, ਕਈਆਂ ਨੇ ਖਰਾਬ ਕੀਤੇ ਦੇ ਆ, ਉਹਨਾਂ ਦਾ ਵੀ ਕੋਈ ਗਲਤੀ ਨਹੀਂ, ਜਿਹਨਾਂ ਨੂੰ ਜ਼ਿਆਦਾ ਆਜ਼ਾਦੀ ਮਿਲ ਜਾਂਦੀ ਆ ਉਹ ਫਿਰ ਜ਼ਿਆਦਾ ਆਜ਼ਾਦੀ ਐਂ ਕਰਦੇ ਆ, ਉਹਨਾਂ ਦੀ ਵੀ ਕੋਈ ਗਲਤੀ ਨਹੀਂ, ਉਹ ਜਿਵੇਂ ਦੇਖ ਕੇ ਆਉਂਦੇ ਆ ਬਾਹਰ, ਉਹ ਆਪਦੀਆਂ ਕੁੜੀਆਂ ਨੂੰ ਵੀ ਐਂ ਸੋਚਦੇ ਆ ਵੀ ਸ਼ਾਇਦ ਸਾਡੀਆਂ ਕੁੜੀਆਂ ਵੀ ਇੱਦਾਂ ਦੀਆਂ ਹੋਣ। ਲੜਕੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ, ਭੈਣਾਂ ਨੂੰ ਵੀ ਉਹ ਕਿੱਦਾਂ ਦੇ ਮਾਹੌਲ ਤੋਂ ਬਚ ਕੇ ਰਹਿਣ ਜਾਂ ਗਲਤੀ ਵਗੈਰਾ ਤੋਂ ਕਿੱਦਾਂ ਦੇ ਤੁਸੀਂ ਸੁਣਦੇ? ਉਹਨਾਂ ਨੂੰ ਆਪਦੀ ਫੈਮਿਲੀ ਬਾਰੇ ਸੋਚਣਾ ਚਾਹੀਦਾ ਸਭ ਤੋਂ ਪਹਿਲਾਂ, ਫਿਰ ਕਿਸੇ ਬਾਰੇ ਸੋਚਣਾ ਚਾਹੀਦਾ। ਹਾਂਜੀ ਬੇਟਾ, ਕੀ ਨਾਮ ਆਪਣਾ? ਮੇਰਾ ਨਾਮ ਨਵਨੀਤ ਕੌਰ ਹੈ। ਕਿਹੜਾ ਪਿੰਡ ਹੈ? ਪਿੰਡ ਫੁੱਲੇ ਵਾਲਾ। ਅੱਛਾ, ਅੱਜ ਜਿਹੜਾ ਇੱਥੇ ਤੀਆਂ ਦਾ ਤਿਉਹਾਰ ਮਨਾਇਆ ਗਿਆ, ਕਿੱਦਾਂ ਦੇ ਪ੍ਰੋਗਰਾਮ ਹੋਏ, ਇਹਦੇ ਬਾਰੇ ਬੇਟਾ ਜ਼ਰੂਰ ਜਾਣਕਾਰੀ? ਅਸੀਂ ਹਰ ਸਾਲ ਦੀ ਤਰ੍ਹਾਂ ਤੀਆਂ ਦਾ ਪ੍ਰੋਗਰਾਮ ਮਨਾਉਂਦੇ ਹਾਂ। ਸਾਡੇ ਇਹ ਪਿੰਡ ਦੇ ਵਿੱਚ ਪਹਿਲਾਂ ਤੋਂ ਵੀ ਤੀਆਂ ਲਵਾਈਆਂ ਜਾਂਦੀਆਂ ਸੀ। ਬੀਬੀ ਸਰਦਾਰ ਦਰਸ਼ਨ ਸਿੰਘ ਬਰਾੜ, ਉਹਨਾਂ ਦੀ ਧਰਮ ਪਤਨੀ ਬੀਬੀ ਅਮਰਜੀਤ ਕੌਰ ਬਰਾੜ ਨੇ ਸਾਡੇ ਪਿੰਡ 'ਚ ਸਹਿਯੋਗ ਦਿੱਤਾ, ਅਸੀਂ ਉਹਨਾਂ ਦੇ ਕਹਿਣ ਦੇ ਅਨੁਸਾਰ ਤੀਆਂ ਲਵਾਈਆਂ ਗਈਆਂ। ਸਾਡੇ ਪਿੰਡ ਦੇ ਵਿੱਚ ਕੋਈ DJ ਦਾ ਸਿਸਟਮ ਨਹੀਂ ਹੋਇਆ, ਸਾਡੇ ਲੇਡੀਜ਼ ਨੇ, ਸਾਡੀਆਂ ਬੁੜੀਆਂ ਨੇ ਤੀਆਂ ਦਾ ਫੰਕਸ਼ਨ ਖੁਦ ਪ੍ਰਪੇਅਰ ਕੀਤਾ ਅਤੇ ਖੁਦ ਬੋਲੀਆਂ ਪਾ ਕੇ ਆਪਦੇ ਆਪ ਬੋਲੀਆਂ ਦਾ ਤਿਉਹਾਰ ਬਣਾਇਆ ਕੀਤਾ ਗਿਆ। ਕੀ ਸੰਦੇਸ਼ ਦੇਣਾ ਚਾਹੁੰਦੇ? ਮੈਂ ਹਰ ਪਿੰਡ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੀ ਹਾਂ, ਹਰ ਪਿੰਡ ਦੇ ਵਿੱਚ ਤੀਆਂ ਲਵਾਉਣੀਆਂ ਚਾਹੀਦੀਆਂ, ਪਿਛਲਾ ਪੁਰਾਣੇ ਸੱਭਿਆਚਾਰ ਦੇ ਅਕੋਰਡਿੰਗ ਤੀਆਂ ਲੱਗਣੀਆਂ ਚਾਹੀਦੀਆਂ। ਮੋਗਾ ਤੋਂ ਚਮਕੌਰ ਸਿੰਘ ਲੋਪੋ ਦੀ ਰਿਪੋਰਟ।